ਵੀਰ ਜੀ, ਇੱਕ ਨਾ ਇੱਥੇ ਐਮਰਜੈਂਸੀ ਦੇ ਬਾਹਰ ਪੇਸ਼ੈਂਟ ਪਿਆ ਜੀ, ਲੱਤ 'ਚ ਕੀੜੇ ਪਏ ਪਏ ਆ, ਅਨਨੋਨ ਪੇਸ਼ੈਂਟ ਆ ਜੀ, ਕੋਈ ਅੰਦਰ ਵੀ ਨਹੀਂ, ਉਹਨੂੰ ਪੀਜੀ 'ਚ ਵੀ ਨਹੀਂ ਲੈ ਰਹੇ। ਦੇਖ ਲਓ ਜੇ ਕੁਛ ਹੋ ਸਕਦਾ, ਕਿਰਪਾ ਕਰ ਦਿਓ ਇਹਨਾਂ ਦੀ ਵੀ। ਹੋਰ ਤਾਂ ਮਤਲਬ ਜਾਇ ਨਹੀਂ ਹੁੰਦਾ, 15-20 ਫੁੱਟ ਤੱਕ ਸਮੈਲ ਆ ਰਹੀ ਹੈ, ਦੇਖ ਲਓ ਦੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜਿਵੇਂ ਤੁਸੀਂ ਦੇਖਿਆ ਹੈ, ਅਸੀਂ ਲਗਾਤਾਰ ਸਾਨੂੰ ਪਿਛਲੇ 15 ਦਿਨ 'ਚ 3 ਅਲਾਵਾਰਿਸ ਪੇਸ਼ੈਂਟ ਮਿਲੇ ਆ। ਹੁਣ ਸਾਨੂੰ ਰਾਤ ਸੁਬਹਾ ਕਾਲ ਆਈ ਹੈ, ਲਗਾਤਾਰ ਕਾਲਸ ਆ ਰਹੀਆਂ ਸੀ ਕਿ ਐਮਰਜੈਂਸੀ ਦੇ ਸਾਹਮਣੇ ਇਹ ਪੇਸ਼ੈਂਟ ਪਿਆ ਸੀ, ਇਹਦੀ ਪੂਰੀ ਲੱਤ 'ਚ ਕੀੜੇ ਪਏ ਹੋਏ ਨੇ। ਐਮਰਜੈਂਸੀ ਦੇ ਸਾਹਮਣੇ ਇਹਨੂੰ ਕਿਸੇ ਨੇ ਦੇਖਿਆ ਨਹੀਂ, ਕਿਸੇ ਡਾਕਟਰ ਨੇ ਚੈੱਕਅਪ ਨਹੀਂ ਕੀਤਾ। ਹਾਲਾਤ ਇੰਨੇ ਕੁ ਮਾੜੇ ਨੇ ਕਿ ਬਹੁਤ ਜ਼ਿਆਦਾ ਸਮੈਲ ਆ ਰਹੀ ਹੈ। ਮਤਲਬ ਇੰਨੇ ਮੁਸ਼ਕਿਲ ਹਾਲਾਤਾਂ 'ਚ ਸੀ, ਉੱਥੋਂ ਸਾਰੇ ਆਸ ਪਾਸ ਦੇ ਮਤਲਬ ਪੇਸ਼ੈਂਟ ਵੀ ਬਹੁਤ ਤੰਗ ਸੀਗੇ। ਸਾਨੂੰ ਬਹੁਤ ਜ਼ਿਆਦਾ ਮੁਸ਼ਕਿਲ ਹਾਲਾਤਾਂ 'ਚ ਇਹਨੂੰ ਉੱਥੋਂ ਲੈ ਕੇ ਆਉਣਾ ਪਿਆ, ਅਤੇ ਤੁਸੀਂ ਦੇਖ ਸਕਦੇ ਹੋ ਕਿ ਇਹਦੀ ਪੂਰੀ ਲੱਤ 'ਚ ਕੀੜੇ ਪਏ ਹੋਏ ਨੇ, ਪੂਰੀ ਜ਼ਿਆਦਾ ਸਮੈਲ ਆ ਰਹੀ ਹੈ। ਪੇਸ਼ੈਂਟ ਦਾ ਕੋਈ ਨਾਮ ਨਹੀਂ ਪਤਾ, ਮਤਲਬ ਪੇਸ਼ੈਂਟ ਨੂੰ ਅਨੰਦਪੁਰ ਸਾਹਿਬ ਤੋਂ PGI ਸ਼ਿਫਟ ਕਰ ਦਿੱਤਾ, ਪਰ ਪੇਸ਼ੈਂਟ ਦਾ ਕੋਈ ਆਧਾਰ ਕਾਰਡ ਨਹੀਂ ਹੈ, ਪੇਸ਼ੈਂਟ ਦੀ ਕੋਈ ਆਈਡੈਂਟੀ ਨਹੀਂ ਹੈ। ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਹਦਾ ਵਧੀਆ ਤੋਂ ਵਧੀਆ ਟ੍ਰੀਟਮੈਂਟ ਕੀਤਾ ਜਾਵੇ ਅਤੇ ਇਹਨੂੰ ਥੋੜ੍ਹਾ ਸਟੇਬਲ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।